ਸਤਿ ਸ਼੍ਰੀ ਅਕਾਲ। ਸਵਾਗਤ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ, ਵੈਲਕਮ ਆ ਨਵੀਂ ਵੀਡੀਓ ਦੇ ਨਾਲ। ਅੱਜ ਅਸੀਂ ਤੁਹਾਨੂੰ ਇੱਕ ਬੜੀ ਸੋਹਣੀ ਜੀ ਪੇਂਟਿੰਗ ਤਿਆਰ ਕਰਕੇ ਦੇਣ ਲੱਗੇ ਹਾਂ, ਰੋਜ਼ ਫਲਾਵਰ। ਆਪਾਂ ਇਹਨੂੰ ਡਰਾ ਕਰ ਲਿਆ ਸੀ, ਦੇਖਿਓ ਕਰਦੇ ਹਾਂ ਤਿਆਰ ਪੇਂਟਿੰਗ ਨੂੰ। ਬਣੇ ਰਹੋ ਸਾਡੇ ਚੈਨਲ ਦੇ ਉੱਪਰ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ, ਪਹਿਲਾ ਆਈਕਨ ਦਬਾ ਦਿਓ ਅਤੇ ਸੋਹਣੇ ਸੋਹਣੇ ਜੇ ਕਮੈਂਟ ਕਰ ਦਿਓ ਜੇ, ਅਤੇ ਵੀਡੀਓ ਨੂੰ ਵੀ ਪੂਰਾ ਵੇਖਿਆ ਕਰੋ, ਸਕਿੱਪ ਨਾ ਕਰ ਕਰਕੇ ਨਾ ਵੇਖਿਆ ਕਰੋ, ਵੀਡੀਓ ਵੀਡੀਓ ਪੂਰੀ ਦੇਖਿਆ ਕਰੋ। ਅਤੇ ਬਾਕੀ ਸਾਡਾ ਇੰਸਟਾਗ੍ਰਾਮ ਆਈਡੀ ਵੀ ਆ, ਉਹਦੇ 'ਤੇ ਜਾ ਕੇ ਵੀ ਉਹਨੂੰ ਫੋਲੋ ਕਰ ਲਿਆ ਕਰੋ, ਤਾਂ ਜੋ ਉਹਦੇ 'ਤੇ ਵੀ ਮਿੰਨੀ ਵਲੌਗ ਦੇਖਣ ਨੂੰ ਮਿਲ ਸਕਣ ਤੁਹਾਨੂੰ। ਆਓ ਆਪਾਂ ਕਰਦੇ ਹਾਂ ਤਿਆਰ ਰੋਜ਼ ਫਲਾਵਰ, ਦਿਖਾਉਣੇ ਆ ਤਿਆਰ ਹੋਇਆ ਫਲਾਵਰ ਤੁਹਾਨੂੰ ਕਿਵੇਂ ਬਣਦਾ, ਦੱਸਿਓ ਜੇ ਸਾਰੇ ਜਣੇ ਕਮੈਂਟ ਕਰਕੇ ਪੇਂਟਿੰਗ ਕਿਹੋ ਜਿਹੀ ਲੱਗੀ ਹੈ ਤੁਹਾਨੂੰ। ਲਾਸਟ ਦੇ ਵਿੱਚ ਸੋਹਣੇ ਸੋਹਣੇ ਜੇ ਕਮੈਂਟ ਕਰਿਓ ਜੇ ਵੀਡੀਓ ਦੇਖ ਕੇ। ਉਹ ਜਿਹੜੀਆਂ ਰੋਜ਼ ਫਲਾਵਰ ਦੇ ਨਾਲ ਨਾਲ ਪੱਤੀਆਂ ਹੁੰਦੀਆਂ ਉਹ ਤਿਆਰ ਕਰਦੇ ਪਏ ਆਪਾਂ। ਹੋ ਸਕਦਾ ਆਪਾਂ ਅੱਜ ਆਊਟਲਾਈਨਿੰਗ ਨਾਲ ਹੀ ਫਲਾਵਰ ਤਿਆਰ ਕਰੀਏ, ਬਾਕੀ ਡਿਸਾਈਡ ਕਰਦੇ ਹਾਂ ਕਿ ਆਊਟਲਾਈਨਿੰਗ ਨਾਲ ਫਲਾਵਰ ਤਿਆਰ ਕਰਨਾ ਜਾਂ ਵਿੱਚ ਪੇਂਟ ਕਰਨਾ। ਟਾਈਮ ਦੇ ਹਿਸਾਬ ਨਾਲ ਆਪਾਂ ਕਰਦੇ ਹਾਂ ਡਿਸਾਈਡ, ਕਿਉਂਕਿ ਕੱਲ੍ਹ ਇੱਕ ਸਾਡੇ ਛੋਟੇ ਜਿਹੇ ਕਾਕੇ ਦਾ ਬਰਥਡੇ ਆ, ਅਤੇ ਕੱਲ੍ਹ ਉਹਦੀ ਆਪਾਂ ਥੋੜ੍ਹੀ ਜਿਹੀ ਤਿਆਰੀ ਕਰਨੀ ਆ, ਉਹਦੇ ਕਰਕੇ ਅੱਜ ਆਪਾਂ ਜਲਦੀ ਤਿਆਰ ਕਰਕੇ ਗੁੱਡ ਨਾਈਟ ਕਰਾਂਗੇ। ਅਤੇ ਦੇਖੋ ਆਪਾਂ ਥੋੜ੍ਹਾ ਥੋੜ੍ਹਾ ਇਹਨੂੰ ਸ਼ੇਡ ਦੇਣ ਲੱਗੇ ਹਾਂ ਬਲੈਕ ਕਲਰ ਦੀ। ਬਾਕੀ ਉਹ ਹੈਗਾ ਆਊਟਲਾਈਨਿੰਗ ਦੇ ਵਿੱਚ ਹੀ ਤਿਆਰ ਹੈ ਫਲਾਵਰ, ਕਿਉਂਕਿ ਥੋੜ੍ਹੀ ਥੋੜ੍ਹੀ ਸ਼ੇਡ ਦੇਵਾਂਗੇ ਬਲੈਕ ਕਲਰ ਦੀ, ਜਿਹੜੀ ਇਹ ਸੋਹਣਾ ਲੱਗੇ ਫਲਾਵਰ।
ਦੇਖੋ ਕਿ ਸਿੰਗਲ ਸ਼ੇਡ ਨਾਲ ਅੱਜ ਆਪਾਂ ਤਿਆਰ ਕਰਨਾ, ਅਤੇ ਸਿੰਗਲ ਸ਼ੇਡ ਦੇ ਵਿੱਚ ਹੀ ਰੋਜ਼ ਕਿਹੋ ਜਿਹਾ ਕਿੰਨਾ ਸੋਹਣਾ ਤਿਆਰ ਹੋ ਰਿਹਾ। ਬਾਕੀ ਹੁੰਦਾ ਰੈੱਡ ਰੋਜ਼ ਆ, ਵਾਈਟ ਰੋਜ਼ ਆ, ਯੈਲੋ ਰੋਜ਼ ਆ, ਪਰ ਆਪਾਂ ਅੱਜ ਡਿਫਰੈਂਟ ਜਿਹਾ ਕਲਰ ਦਿੱਤਾ ਕਿਉਂਕਿ ਇਹਨੂੰ ਸੂਟ ਦੇ ਹਿਸਾਬ ਨਾਲ ਕਲਰ ਦੇਣਾ ਪਿਆ ਆਪਾਂ ਨੂੰ। ਬਾਕੀ ਪੇਂਟਿੰਗ ਦੇ ਹਿਸਾਬ ਦੇ ਵਿੱਚ ਆਪਾਂ ਜਿਹੜਾ ਮਰਜ਼ੀ ਇਹਨੂੰ ਕਲਰ ਦੇ ਸਕਦੇ ਹਾਂ। ਬਾਕੀ ਕੁਦਰਤ ਦੇ ਰੰਗ ਆ ਉਹ ਤਿੰਨ ਤੋਂ ਚਾਰ ਕਲਰ ਹੀ ਹੁੰਦੇ ਆ, ਬਾਕੀ ਇਹ ਆਪਣੀ ਮਰਜ਼ੀ, ਆਪਾਂ ਡਿਸਾਈਡ ਕੀਤਾ ਇਹ ਕਲਰ ਕਿਉਂਕਿ ਕੱਪੜਾ ਵੀ ਉਸ ਸ਼ੇਡ ਦਾ ਸੀ, ਉਹਦੇ ਕਰਕੇ ਆਪਾਂ ਨੂੰ ਬਲੈਕ ਕਲਰ ਦੇ ਵਿੱਚ ਤਿਆਰ ਕਰਨਾ ਪਿਆ ਰੋਜ਼ ਨੂੰ। ਅਤੇ ਤੁਸੀਂ ਇਹ ਦੇਖੋ ਕਿ ਇਸ ਗ੍ਰੀਨ ਜੇ ਕਲਰ ਦੇ ਉੱਪਰ ਬਲੈਕ ਕਲਰ ਦੀ ਕਿੰਨੀ ਸੋਹਣੀ ਸ਼ੇਡ ਨਿਕਲ ਕੇ ਆਈ ਆ, ਸ਼ਾਈਨਿੰਗ ਦੇ ਵਿੱਚ ਆਈ ਆ, ਕਿ ਇੰਨੀ ਸੋਹਣੀ ਲੱਗਦੀ ਪਈ ਇਹ ਫਲਾਵਰ ਬਣਿਆ ਆ, ਇੰਨਾ ਸੋਹਣਾ ਲੱਗਦਾ ਪਿਆ ਅੱਜ ਦਾ ਆਪਣਾ। ਬਾਕੀ ਤੋ ਰਹਿੰਦੀ ਗੱਲ ਤੁਹਾਡੇ ਕਿਤੇ ਕੀ ਆ, ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿਹੋ ਜਿਹਾ ਲੱਗ ਜਾਂਦਾ। ਅਜੇ ਤੱਕ ਜਿੰਨਾ ਕੁ ਕੰਪਲੀਟ ਹੋਇਆ ਉਹ ਤਾਂ ਬਹੁਤ ਸੋਹਣਾ ਲੱਗ ਰਿਹਾ, ਬਾਕੀ ਪ੍ਰੋਪਰ ਕੰਪਲੀਟ ਹੋਣ ਤੋਂ ਬਾਅਦ ਹੋਰ ਜ਼ਿਆਦਾ ਸੋਹਣਾ ਲੱਗੇਗਾ ਫਲਾਵਰ। ਅਤੇ ਦੇਖਿਓ, ਕਮੈਂਟ ਜ਼ਰੂਰ ਕਰਿਓ ਜੇ ਸਾਡੀ ਵੀਡੀਓ ਦੇ ਉੱਪਰ, ਤਾਂ ਹੀ ਸਾਨੂੰ ਤੁਹਾਡੇ ਵੱਲੋਂ ਸ਼ਾਬਾਸ਼ ਮਿਲੂਗੀ ਜੇਕਰ ਸਾਡਾ ਫਲਾਵਰ ਸੋਹਣਾ ਬਣਿਆ ਹੋਊਗਾ। ਸ਼ਾਬਾਸ਼ ਦਾ ਮਤਲਬ ਹੁੰਦਾ ਕਈਆਂ ਨੂੰ ਸਮਝ ਨਹੀਂ ਲੱਗਣਾ ਕਿ ਸਾਨੂੰ ਗੋਡ ਬਲੈਸ ਯੂ ਕਹੋਗੇ, ਤੁਸੀਂ ਐਪਰੀਸ਼ੀਏਟ ਕਰੋਗੇ। ਬਾਕੀ ਥੋੜ੍ਹਾ ਜਿਹਾ ਆਪਾਂ ਬਲੈਕ ਕਲਰ ਨੂੰ ਬਣਾਇਆ ਹੈ, ਬਣਾਉਣਾ ਪਿਆ ਹੈ। ਤੁਸੀਂ ਜਦੋਂ ਵੀ ਕਲਰ ਤਿਆਰ ਕਰਨਾ ਹੈ ਵਿੱਚ ਮੀਡੀਅਮ ਸ਼ੇਡ ਪਾ ਕੇ ਉਹਨੂੰ ਥੋੜ੍ਹਾ ਜਿਹਾ, ਕਿਉਂਕਿ ਜਦੋਂ ਆਪਾਂ ਸ਼ੀਸ਼ੇ ਨੂੰ ਓਪਨ ਕਰਦੇ ਹਾਂ ਬਹੁਤ ਕਲਰ ਵਾਲੀ ਨੂੰ, ਉਹ ਜਿਹੜਾ ਕਲਰ ਹੁੰਦਾ ਉਹ ਬਹੁਤ ਜ਼ਿਆਦਾ ਡਾਰਕ ਹੁੰਦਾ ਹੈ ਅਤੇ ਥੋੜ੍ਹਾ ਜਿਹਾ ਹੈਵੀ ਹੁੰਦਾ, ਉਹਨੂੰ ਥੋੜ੍ਹਾ ਜਿਹਾ ਪਤਲਾ ਕਰਨ ਲਈ ਉਹਦੇ ਮੀਡੀਅਮ ਸ਼ੇਡ ਨੂੰ ਫਿੱਲ ਕਰਨਾ ਪੈਂਦਾ। ਅਤੇ ਜਦੋਂ ਮੀਡੀਅਮ ਸ਼ੇਡ ਫਿੱਲ ਕਰੋਗੇ ਤੁਸੀਂ ਆਪਣੇ ਹਿਸਾਬ ਨਾਲ ਕਲਰ ਬਣਾਇਓ ਤਾਂ ਕਿ ਜ਼ਿਆਦਾ ਤੁਹਾਡਾ ਕਲਰ ਵੇਸਟ ਨਾ ਹੋਵੇ। ਉਨਾ ਕੁ ਕਲਰ ਤੁਸੀਂ ਤਿਆਰ ਕਰਨਾ ਹੈ ਜਿੰਨਾ ਕੁ ਕਲਰ ਤੁਹਾਡੀ ਵਰਤੋਂ ਦੇ ਵਿੱਚ ਆਵੇ ਉਨਾ ਕੁ ਕਲਰ ਤੁਸੀਂ ਯੂਜ਼ ਕਰਨਾ, ਜਿੰਨਾ ਕਲਰ ਤੁਹਾਡੇ ਪੇਂਟਿੰਗ ਦੇ ਵਿੱਚ ਕੰਮ ਆਵੇ।
ਅਦਰਵਾਈਜ਼ ਤੁਸੀਂ ਥੋੜ੍ਹਾ ਥੋੜ੍ਹਾ ਕਰਕੇ ਕਲਰ ਤਿਆਰ ਕਰ ਲਓ, ਕਿਉਂਕਿ ਆਪਣਾ ਜਦੋਂ ਆਪਾਂ ਤਿਆਰ ਕਰਦੇ ਹਾਂ ਕਾਫੀ ਜ਼ਿਆਦਾ ਕੁਆਂਟਿਟੀ ਦੇ ਵਿੱਚ ਕਲਰ ਤਿਆਰ ਕਰਨ ਨਾਲ ਬੈਠ ਜਾਂਦੇ ਹਾਂ ਅਤੇ ਉਹ ਆਪਣਾ ਵੇਸਟ ਜਾਂਦਾ ਹੈ। ਚਾਹੇ ਤੁਹਾਨੂੰ ਦੋ ਵਾਰੀ ਜਾਂ ਤਿੰਨ ਵਾਰੀ ਕਲਰ ਤਿਆਰ ਕਰਨਾ ਪਵੇ, ਤੁਸੀਂ ਉੱਨੀ ਵਾਰ ਕਰ ਲਓ, ਪਰ ਇਹਨੂੰ ਵੇਸਟ ਨਾ ਕਰੋ, ਕਿਉਂਕਿ ਇਸੇ ਨਹੀਂ ਤੁਹਾਡੀ ਰੋਜ਼ੀ ਰੋਟੀ ਦੀ ਤਿਆਰ ਕਰਨੀ ਹੈ। ਜਦੋਂ ਤੁਸੀਂ ਫਲਾਵਰ ਬਣਾਓਗੇ ਇਹ ਚੀਜ਼ਾਂ ਤੁਹਾਡੀ ਰੋਜ਼ੀ ਰੋਟੀ ਹੈ, ਇਹ ਤੁਸੀਂ ਕੋਈ ਵੀ ਕਸਟਮਰ ਆਊਗਾ ਉਹਦੇ ਸੂਟ 'ਤੇ ਤਿਆਰ ਕਰਕੇ ਦਿਓਗੇ। ਆਖਰ ਇਕੱਲੇ ਬਰੱਸ਼ ਨਾਲ ਤੁਸੀਂ ਪੇਂਟ ਤਾਂ ਕਰੋਗੇ ਨਹੀਂ, ਕਲਰ ਫਿੱਲ ਕਰੋਗੇ ਤਾਂ ਫਿਰ ਹੀ ਪੇਂਟ ਹੋਵੇਗਾ। ਅਤੇ ਬਾਕੀ ਉਹਨੂੰ ਜ਼ਿਆਦਾ ਵੇਸਟ ਨਾ ਕਰੋ। ਆਹ ਦੇਖੋ ਅਸੀਂ ਇੰਨੀ ਕੁਆਂਟਿਟੀ ਦੇ ਵਿੱਚ ਕਲਰ ਤਿਆਰ ਕਰਦੇ ਹਾਂ, ਕਿਉਂਕਿ ਬਿਲਕੁਲ ਥੋੜ੍ਹਾ ਥੋੜ੍ਹਾ ਲੱਗਣਾ ਹੁੰਦਾ ਬਰੱਸ਼ ਦੇ ਨਾਲ ਆਪਾਂ ਜਦੋਂ ਇਹਨੂੰ ਪੇਂਟ ਕਰਨਾ ਹੁੰਦਾ, ਫੈਲਾ ਕੇ ਪੇਂਟ ਕਰਨਾ ਹੁੰਦਾ। ਅਸੀਂ ਤੁਹਾਨੂੰ ਅੱਗੇ ਵੀ ਦੱਸਿਆ ਕਾਫੀ ਸਾਰੀਆਂ ਵੀਡੀਓ ਦੇ ਵਿੱਚ, 1,500 ਸਬਸਕ੍ਰਾਈਬਰ ਪੂਰੇ ਕਰਾਓ ਤਾਂ ਜੋ ਆਪਾਂ ਇਹਦੀ ਸੈਲੀਬ੍ਰੇਸ਼ਨ ਤੁਹਾਡੇ ਨਾਲ ਕਰ ਸਕੀਏ। ਜਿਹੜੇ 1,000 ਸਬਸਕ੍ਰਾਈਬਰ ਹੋਣਗੇ ਆਪਾਂ ਪੂਰੇ ਹੋਣ 'ਤੇ ਤੁਹਾਡੇ ਨਾਲ ਸੈਲੀਬ੍ਰੇਟ ਕਰਾਂਗੇ। ਅਤੇ ਬਾਕੀ ਜਿਹੜੇ ਵੀ ਆਪਾਂ ਇਹਦੇ ਤੋਂ ਇਨਕਮ ਜਨਰੇਟ ਕਰਾਂਗੇ ਉਹ ਗਰੀਬ ਲੋਕਾਂ ਦੇ ਕੰਮਾਂ ਵਿੱਚ ਆਪਾਂ ਯੂਜ਼ ਕਰਾਂਗੇ। ਕੁਛ ਪੇਸ਼ੈਂਟ ਜੋ ਹੁੰਦੇ ਨੇ ਗਰੀਬ, ਜਿਹੜੇ ਪੈਸੇ ਨੂੰ ਇਨਵੈਸਟ ਨਹੀਂ ਉਹਨਾਂ ਕੋਲ ਹੁੰਦੀ ਅਤੇ ਉਹ ਆਪਦਾ ਇਲਾਜ ਨਹੀਂ ਕਰਵਾ ਪਾਉਂਦੇ, ਆਪਾਂ ਉਹਨਾਂ ਲਈ ਵਰਤੋਂ ਕਰਾਂਗੇ ਉਹਦੀ। ਕੁਛ ਬੱਚਿਆਂ ਨੂੰ ਪੜ੍ਹਾਉਣ ਲਈ ਵਰਤੋਂ ਕਰਾਂਗੇ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਸਾਨੂੰ ਕੁਛ ਸਪੋਰਟ ਕਰੋ ਤਾਂ ਜੋ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋਈਏ। ਬਾਕੀ ਕੁਛ ਕੁ ਅਸੀਂ ਆਪਣੀ ਵੀ ਲਾਈਫ ਲਈ, ਬੱਚਿਆਂ ਦੀ ਸਟੱਡੀ ਲਈ ਇਹ ਵਰਕ ਕਰਦੇ ਪਏ ਹਾਂ, ਇਹ ਬਲੌਗ ਤਿਆਰ ਕਰਦੇ ਪਏ ਹਾਂ। ਬਾਕੀ ਅੱਜ ਦੀ ਜਿਹੜੀ ਪੇਂਟਿੰਗ ਆ ਆਪਣੀ ਬਣ ਕੇ ਤਿਆਰ ਆ, ਅਤੇ ਤੁਸੀਂ ਇਹ ਦੇਖੋ ਕਿ ਇਹ ਫਲਾਵਰ ਆ ਜਿਹੜਾ ਉੱਭਰ ਕੇ ਕਿੰਨਾ ਸੋਹਣਾ ਬਣਿਆ ਆ, ਇਹ ਕਿੰਨਾ ਸੋਹਣਾ ਲੱਗ ਰਿਹਾ ਸਿੰਗਲ ਪੇਂਟ ਨਾਲ ਹੀ। ਬਾਕੀ ਅੱਜ ਦੀ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਹਾਂ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੀਂ ਪੇਂਟਿੰਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਇਉਂ ਦੇ ਵਾਸਤੇ ਰਹੋ, ਖੁਸ਼ੀਆਂ ਮਾਣੋ, ਗੁੱਡ ਨਾਈਟ। ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਦਬਾ ਦਿਓ ਅਤੇ ਸੋਹਣੇ ਸੋਹਣੇ ਜੇ ਕਮੈਂਟ ਕਰ ਦਿਓ। ਇੱਥੇ ਵੀਡੀਓ ਦੀ ਸਮਾਪਤੀ ਹੁੰਦੀ ਹੈ, ਦੁਬਾਰਾ ਤੋਂ ਗੁੱਡ ਨਾਈਟ।